ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੋਇਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ, ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ, ਡਾਇਰੈਕਟ ਅਕਾਊਂਟ ਵਿੱਚ ਆਪਣੀ ਪੇਮੈਂਟ ਪਾ ਸਕਦੇ ਹੋ। ਜਿਹੜਾ ਸਕਰੀਨ 'ਤੇ ਨੰਬਰ ਚੱਲ ਰਿਹਾ ਉਹ ਵਟਸਐਪ ਨੰਬਰ ਹੈ। ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ, ਇਸ ਨੰਬਰ 'ਤੇ ਵਟਸਐਪ ਕਰਨਾ, ਫਿਰ ਤੁਹਾਨੂੰ ਅਸੀਂ ਇੱਕ ਨੰਬਰ ਦੇਵਾਂਗੇ, ਤੁਸੀਂ ਉਹਦੇ 'ਤੇ ਆਪਣੀ ਔਨਲਾਈਨ ਪੇਮੈਂਟ ਪਾਉਣੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ ਫ੍ਰੀ ਆਫ ਸ਼ਿਪਿੰਗ। ਅਤੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ। ਲਓ ਜੀ, ਅੱਜ ਫਿਰ ਆਪਾਂ ਵੀਡੀਓ ਸ਼ੁਰੂ ਕਰ ਰਹੇ ਹਾਂ ਰਾਮਟੈਕਸ ਦੇ ਸੂਟ। ਡੇਲੀ ਤੁਸੀਂ ਕਹੋਗੇ ਰਾਮਟੈਕਸ ਕਰਦੇ ਨੇ, ਰਾਮਟੈਕਸ ਦੇ ਪ੍ਰਿੰਟਡ ਸੂਟ ਅਤੇ ਰਾਮਟੈਕਸ ਦੇ ਵਰਕ ਵਾਲੇ ਸੂਟ ਪੈਰਲਲ ਚੱਲਣਗੇ। ਸੋ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਰਾਮਟੈਕਸ ਦੇ ਮੈਚਿੰਗ ਸੂਟ, ਪਿਓਰ ਕੋਟਨ ਦੇ ਮੈਚਿੰਗ ਸੂਟ। ਲਓ ਜੀ, ਪਹਿਲਾ ਹੀ ਸੂਟ। ਕਈ ਭੈਣਾਂ ਕਹਿੰਦੀਆਂ ਨੇ ਬਰੀਕ ਪ੍ਰਿੰਟ ਦੇ ਸੂਟ ਦਿਖਾਓ, ਅਤੇ ਬੜੀ ਮੁਸ਼ਕਲ ਸਾਨੂੰ ਬਰੀਕ ਪ੍ਰਿੰਟ ਮਿਲਿਆ। ਸੋ ਅੱਜ ਆਪਾਂ ਤੁਹਾਨੂੰ ਬਰੀਕ ਪ੍ਰਿੰਟ ਦੇ ਸੂਟ ਦਿਖਾ ਦਿੰਦੇ ਹਾਂ, ਰਾਮਟੈਕਸ ਦੀ ਕੋਟਨ ਰਹੂਗੀ, ਕਿਉਂਕਿ ਬਰੀਕ ਪ੍ਰਿੰਟ ਆ ਹੁਣ ਜਿਹੜਾ ਘੱਟ ਆ ਰਿਹਾ, ਬਹੁਤ ਜ਼ਿਆਦਾ ਘੱਟ ਆ ਰਿਹਾ, ਮੋਟਾ ਪ੍ਰਿੰਟ ਜ਼ਿਆਦਾ ਚੱਲ ਰਿਹਾ। ਸੋ ਇਹ ਹੈਗਾ ਜੀ ਬਹੁਤ ਬਰੀਕ ਪ੍ਰਿੰਟਿੰਗ ਇਹਦੀ, ਸਹੀ ਹੈ, ਬਹੁਤ ਪਿਆਰਾ ਸੂਟ ਹੈ। ਅਤੇ ਕੋਟਨ ਤਾਂ ਤੁਹਾਨੂੰ ਪਤਾ ਹੀ ਹੈ ਕਿ ਰਾਮਟੈਕਸ ਦੀ ਕੋਟਨ ਤਾਂ ਪਿਓਰ, ਬਿਲਕੁਲ ਪਿਓਰ ਕੋਟਨ ਹੁੰਦੀ ਹੈ, ਅਤੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਅਤੇ ਇਹਦੇ ਨਾਲ ਆਪਾਂ ਤੁਹਾਨੂੰ ਦੇਵਾਂਗੇ ਇਹ ਵਾਲੀ ਸਲਵਾਰ, ਠੀਕ ਹੈ ਜੀ। ਅਤੇ ਸਲਵਾਰ ਰਹੂਗੀ ਸੈਲਫ ਪ੍ਰਿੰਟ। ਅਤੇ ਭੈਣਾਂ ਕਈ ਪੁੱਛਦੀਆਂ ਨੇ ਕਿ ਸਲਵਾਰ ਵੀ ਰਾਮਟੈਕਸ ਦੀ ਰਹੂਗੀ, ਬਿਲਕੁਲ ਜੀ, ਸਟੈਂਪ ਲੱਗੀ ਹੋਈ ਹੈ, ਦੇਖੋ ਰਾਮਟੈਕਸ ਦੀ ਸਲਵਾਰ ਹੈ, ਕਿ ਸਲਵਾਰ ਵੀ ਰਾਮਟੈਕਸ ਦੀ ਰਹੂਗੀ। ਸ਼ਰਟ ਵੀ ਭੈਣਾਂ ਦੇ ਸਵਾਲ ਹੁੰਦੇ ਨੇ, ਅਤੇ ਸਲਵਾਰ 'ਤੇ ਵੀ ਸਟੈਂਪ ਮਿਲੂਗੀ ਔਰ ਸ਼ਰਟ ਦੇ ਉੱਪਰ ਵੀ ਸਟੈਂਪ ਮਿਲੂਗੀ। ਪਿੰਕ ਕਲਰ ਹੈ, ਲਾਈਟ ਪਿੰਕ ਕਲਰ ਹੈ, ਬਹੁਤ ਸੋਹਣਾ, ਬੇਬੀ ਪਿੰਕ ਨਹੀਂ ਹੈ, ਲਾਈਟ ਪਿੰਕ ਹੈ। ਅਤੇ ਪ੍ਰਾਈਸ ਰਹੂਗੀ ਇਹ ਸੋਹਣੇ ਜਿਹੇ ਸੂਟ ਦੀ 1100 ਰੁਪਏ। 1100 ਦੇ ਵਿੱਚ ਬਹੁਤ ਸੋਹਣਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ, ਸ਼ਿਪਿੰਗ ਚਾਰਜਸ ਬਿਲਕੁਲ ਨਹੀਂ ਹੈਗੇ। ਲਓ ਜੀ, ਅਗਲਾ ਸੂਟ, ਇਹ ਵੀ ਰਾਮਟੈਕਸ ਦੀ ਕੋਟਨ ਹੈ, ਬਹੁਤ ਸੋਹਣਾ ਜਿਹਾ ਕਲਰ ਹੈ, ਕਲਰ ਤੁਸੀਂ ਸਹੀ ਦੇਖ ਰਹੇ ਹੋ ਵੀਡੀਓ 'ਚ, ਸਹੀ ਆ ਰਿਹਾ, ਹਾਂ ਕਲਰ ਤੁਹਾਨੂੰ ਸਹੀ ਦਿਖ ਰਿਹਾ ਹੈ। ਆ ਲਓ, ਠੀਕ ਹੈ ਜੀ, ਅਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ, ਅਤੇ ਪ੍ਰਾਈਸ ਹੈਗੀ ਹੈ 1100 ਰੁਪਏ। ਅਗਲਾ ਸੂਟ ਪਿੰਕਿਸ਼ ਪੀਚ, ਜਿਹੜਾ ਨੀਚੇ ਦੇਖਿਆ ਸੀ ਸਭ ਤੋਂ ਪਹਿਲਾਂ ਉਹ ਪਿੰਕ ਸੀਗਾ, ਇਹ ਹੈਗਾ ਪਿੰਕਿਸ਼ ਪੀਚ। ਲਓ ਜੀ, ਬਹੁਤ ਸੋਹਣਾ ਰੰਗ ਹੈ, ਕਲਰ ਸਾਰੇ ਬਹੁਤ ਵਧੀਆ ਨੇ, ਕੋਈ ਘੱਟ ਨਹੀਂ ਹੈਗਾ, ਗਰਮੀਆਂ ਦੇ ਵਿੱਚ ਪਾਉਣ ਵਾਲੇ ਬਹੁਤ ਸੋਹਣੇ ਸੂਟ ਹੈਗੇ ਨੇ, ਬਹੁਤ ਪਿਆਰੇ ਸੂਟ, ਠੀਕ ਹੈ ਜੀ, ਸਹੀ ਕਲਰ ਆ ਰਹੇ ਨੇ, ਅਤੇ ਪ੍ਰਾਈਸ ਰਹੂਗੀ 1100 ਰੁਪਏ। ਲਓ ਜੀ, ਅਗਲਾ ਸੂਟ, ਲਓ ਲੈਮਨ ਜਿਹਾ ਸ਼ੇਡ ਹੈ, ਅਤੇ ਬਰੀਕ ਪ੍ਰਿੰਟ ਦੇ ਵਿੱਚ ਸੂਟ ਹੈ, ਅਤੇ ਇਹ ਹੈ ਜੀ ਇਹਦੇ ਨਾਲ ਸਲਵਾਰ, ਬਹੁਤ ਸੋਹਣਾ ਸੂਟ ਹੈ, ਠੀਕ ਹੈ, ਬਿਲਕੁਲ ਸਹੀ ਕਲਰ ਆ ਰਹੇ ਨੇ, ਅਤੇ 1100 ਦੇ ਸੂਟ ਮਿਲਣਗੇ ਤੁਹਾਨੂੰ ਸਾਰੇ ਰਾਮਟੈਕਸ ਦੀ ਕੋਟਨ। ਲਓ ਜੀ, ਹੁਣ ਆਪਾਂ ਤੁਹਾਨੂੰ ਰਾਮਟੈਕਸ ਦੇ ਵਰਕ ਵਾਲੇ ਸੂਟ ਦਿਖਾਵਾਂਗੇ। ਚੈੱਕ ਦੇ ਵਿੱਚ ਹੈਗਾ ਇਹ ਵਾਲਾ ਸੂਟ, 2.5 ਮੀਟਰ ਦਾ ਪੀਸ ਹੈ, ਅਤੇ ਨੀਚੇ ਤੁਸੀਂ ਵਰਕ ਦੇਖ ਸਕਦੇ ਹੋ, ਘੇਰੇ 'ਤੇ ਕੱਟ ਵਰਕ ਹੋਇਆ ਵਿਆ, ਪਲੱਸ 3 ਫਲਾਵਰ ਬਣੇ ਹੋਏ ਨੇ, ਅਤੇ ਘੇਰਾ ਨਾਪ ਦਿੰਦੇ ਹਾਂ ਆਪਾਂ ਤੁਹਾਨੂੰ ਕਿੰਨਾ ਤੁਹਾਡਾ ਘੇਰਾ ਰੈਡੀ ਹੋਊਗਾ। ਜਿਹੜਾ ਕੱਟ ਵਰਕ ਹੋਇਆ ਵਿਆ ਉਹ ਤਾਂ ਹੋਇਆ ਜੀ 25 ਤੱਕ, ਅਤੇ ਜਿਹੜਾ ਹੈਗਾ ਲਓ ਫਲਾਵਰ ਨੇ ਉਹ 21 ਤੱਕ ਪਏ ਹੋਏ ਨੇ। ਤੁਸੀਂ ਜਾਂ ਤਾਂ ਆਪਣਾ ਘੇਰਾ ਜੇ ਥੋੜ੍ਹਾ ਘੱਟ ਹੈਗਾ ਤਾਂ ਕੱਟ ਵਰਕ ਹੈ ਜਿਹੜਾ ਉਹ ਥੋੜ੍ਹਾ ਕੱਟ ਵੀ ਸਕਦੇ ਹੋ, ਠੀਕ ਹੈ। ਅਤੇ ਇਹ ਹੈਗਾ ਜੀ ਬਾਜੂ ਦਾ ਵਰਕ, ਸੇਮ ਹੀ ਆ,
ਘੇਰੇ ਦਾ ਵਰਕ ਅਤੇ ਬਾਜੂ ਦਾ ਵਰਕ ਸੇਮ ਰਹੂਗਾ, ਇੱਕ ਇੱਕ ਫਲਾਵਰ ਆ ਜਿਹੜਾ ਅਤੇ ਨਾਲ ਕੱਟ ਵਰਕ ਬਾਜੂ ਦਾ ਹੋਊਗਾ, ਠੀਕ ਹੈ। ਅਤੇ ਇਹ ਲਾਈ ਹੈ ਜੀ ਆਪਾਂ ਇਹਦੇ ਨਾਲ ਫਿਰੋਜ਼ੀ ਕਲਰ ਦੀ ਰਾਮਟੈਕਸ ਦੀ ਵੀ ਸਲਵਾਰ ਲਾਈ ਹੈ ਕਿਉਂਕਿ ਇਹ 'ਚ ਫਿਰੋਜ਼ੀ ਕਲਰ ਆਪਾਂ ਯੂਜ਼ ਕੀਤਾ ਸੀਗਾ, ਠੀਕ ਹੈ ਜੀ। ਤਾਂ ਇਹਦੇ ਨਾਲ 2.5 ਮੀਟਰ ਦੀ ਸਲਵਾਰ ਰਹੂਗੀ ਅਤੇ ਪ੍ਰਾਈਸ ਰਹੂਗੀ ਇਹ ਸੋਹਣੇ ਜਿਹੇ ਸੂਟ ਦੀ 1450 ਰੁਪਏ। ਅਗਲਾ ਸੂਟ ਕਾਫੀ ਸੋਹਣਾ ਸੂਟ ਹੈ ਵੀ, ਅਤੇ ਸਲਵਾਰ ਇਹਦੇ ਨਾਲ ਵੀ ਫਿਰੋਜ਼ੀ ਰਹੂਗੀ, ਕੰਟਰਾਸਟ ਬਹੁਤ ਅੱਛਾ ਬਣਿਆ ਇਹ ਸਿਲਵਰ ਜਿਹਾ ਕਲਰ ਹੈ, ਇਹ ਸਿਲਵਰ ਗਰੇ ਜਿਹਾ, ਅਤੇ ਇਹਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ, ਉੱਪਰ ਇੱਕ ਬੇਲ ਜਾਂਦੀ ਆ ਔਰ ਘੇਰੇ 'ਤੇ ਨੀਚੇ ਬੂਟੀ ਹੈ, ਬੇਲ ਤੁਹਾਡੀ ਉੱਪਰ ਚੌਕਾਂ ਕੋਲ ਆ ਅਤੇ ਬੂਟੀ ਹੈ ਜਿਹੜੀ ਉਹ ਨੀਚੇ ਰਹੂਗੀ, ਘੇਰਾ ਤੁਹਾਡਾ 27 ਤੱਕ ਰੈਡੀ ਹੋਜੂਗਾ, ਠੀਕ ਹੈ ਜੀ। ਅਤੇ ਇਹ ਰਹੂਗਾ ਬਾਜੂ ਦਾ ਵਰਕ, ਬਹੁਤ ਪਿਆਰਾ ਸੂਟ ਹੈ, ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਸੂਟ, ਅਤੇ ਇਹਦੇ ਨਾਲ ਇਹੀ ਸਲਵਾਰ ਆਪਾਂ ਰੱਖ ਕੇ ਦਿਖਾ ਦਿੰਦੇ ਹਾਂ ਤੁਹਾਨੂੰ। ਲਓ ਜੀ ਇਹ ਰਹੂਗੀ ਇਹਦੇ ਨਾਲ ਸਲਵਾਰ ਫਿਰੋਜ਼ੀ ਕਲਰ ਦੀ, ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ, ਦੁਪੱਟਾ ਤੁਸੀਂ ਟਾਈ ਡਾਈ ਕਰਾ ਸਕਦੇ ਹੋ, ਬੜਾ ਸੋਹਣਾ ਕੰਟਰਾਸਟ ਬਣ ਰਿਹਾ ਅਤੇ ਪ੍ਰਾਈਜ਼ ਰਹੂਗੀ 1550। ਅਤੇ ਹੁਣ ਆਪਾਂ ਤੁਹਾਨੂੰ ਅਗਲਾ ਸੂਟ ਦਿਖਾਉਂਦੇ ਹਾਂ, ਲਓ ਜੈਪੁਰੀ ਸਟਾਈਲ ਦੇ ਵਿੱਚ ਸੂਟ ਹੈਗਾ, ਬਹੁਤ ਪਿਆਰਾ ਜਿਹਾ ਕਲਰ ਹੈ, ਸਕਾਈ ਜਿਹਾ ਕਲਰ ਹੈ ਇਹਦਾ, ਲੀਲਨ ਕੋਟਨ ਦਾ ਸੂਟ ਹੈ, ਠੀਕ ਹੈ ਜੀ। ਐਸ ਕੇ ਦੀ ਲੀਲਨ ਕੋਟਨ, ਬਕਾਇਦਾ ਤੁਹਾਨੂੰ ਇਹਦੀ ਸਟੈਂਪ ਵੀ ਮਿਲ ਜੂਗੀ ਐਸ ਕੇ ਦੀ। ਅਤੇ ਮੇਰੇ ਸੂਟ ਹੈ ਨਾ ਥੋੜ੍ਹੇ ਜਿਹੇ ਪ੍ਰੈਸ ਦੇ ਨਾਲ ਇੱਦਾਂ ਤੁਹਾਨੂੰ ਲੱਗਣਗੇ, ਖਿੱਚ ਕੇ ਜੇ ਕਰਿਆ, ਠੀਕ ਹੈ ਜੀ। ਲੈਂਥ ਤਾਂ ਬਹੁਤ ਮਿਲ ਜੂਗੀ, 48-49 ਤੱਕ ਮਿਲ ਜੂਗੀ, ਲੈਂਥ ਦੀ ਕੋਈ ਕਮੀ ਨਹੀਂ ਹੈਗੀ ਹੈ, ਠੀਕ ਹੈ। ਅਤੇ ਆਰੀ ਵਰਕ ਦਾ ਹੋਇਆ ਹੋਇਆ ਸਾਰੇ ਇਹਦੇ 'ਤੇ ਕੰਮ, 2 ਜਾ ਰਹੇ ਨੇ ਉੱਪਰ ਨੂੰ ਪੈਨਲ, ਅਤੇ ਇਹ ਪਾਇਆ ਹੋਇਆ ਇੱਕ ਆਰੀ ਵਰਕ ਦਾ ਫਲਾਵਰ, ਅਤੇ ਸਕਾਈ ਜੇ ਕਲਰ ਦੀ ਦਾ ਸਟੱਫ ਹੈਗਾ, ਅਤੇ ਵਿੱਚ ਇਹਦੇ ਜੈਪੁਰੀ ਪ੍ਰਿੰਟ ਹੈ ਜੀ, ਠੀਕ ਹੈ। ਲੀਲਨ ਕੋਟਨ ਦਾ, ਐਸ ਕੇ ਦੀ ਲੀਲਨ ਕੋਟਨ ਮਿਲੂਗੀ ਤੁਹਾਨੂੰ, ਅਤੇ ਬਹੁਤ ਫਾਈਨ ਵਾਲੀ। ਅਤੇ ਇਹ ਹੈ ਜੀ ਇਹਦਾ ਇੱਕ ਬਾਜੂ 'ਤੇ ਫਲਾਵਰ, ਠੀਕ ਹੈ ਜੀ। ਅਤੇ ਪ੍ਰਾਈਸ ਰਹੂਗੀ ਇਹ ਸੋਹਣੇ ਜਿਹੇ ਸੂਟ ਦੀ ਸਿਰਫ 1650 ਰੁਪਏ। ਆਰੀ ਵਰਕ ਦਾ ਸੂਟ ਹੈ ਔਰ ਲੀਲਨ ਕੋਟਨ ਦਾ ਸੂਟ। ਅਗਲਾ ਸੂਟ ਕੈਮਰੀ ਕੋਟਨ, ਅਤੇ ਅਨੀਅਨ ਜਿਹਾ ਸ਼ੇਡ ਹੈ, ਸਹੀ ਆ ਰਿਹਾ ਹੋਣਾ ਸ਼ਾਇਦ, ਤੁਹਾਨੂੰ ਸਹੀ ਦਿਖ ਰਿਹਾ ਹੋਊਗਾ। ਇਹ ਘੇਰੇ ਦਾ ਵਰਕ ਹੈ, ਤੇਈ 23 ਤੱਕ ਘੇਰਾ ਜਿਹੜਾ ਰੈਡੀ ਹੋਇਆ ਹੋਇਆ, ਠੀਕ ਹੈ। ਅਤੇ ਵਰਕ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ, ਬਹੁਤ ਸਫਾਈ ਨਾਲ ਹੋਇਆ ਹੋਇਆ, ਬਹੁਤ ਸੋਹਣਾ ਵਰਕ ਹੋਇਆ। ਅਤੇ ਕਲਰ ਆ ਜਿਹੜਾ ਥੋੜ੍ਹਾ ਜਿਹਾ ਇਸ ਤੋਂ ਫਰਕ ਹੈ, ਜਿੰਨਾ ਦੂਰੋਂ ਸਹੀ ਹੈ, ਦੂਰੋਂ ਸਹੀ ਆ ਰਿਹਾ ਕਲਰ ਜਿੱਥੋਂ ਹੁਣ ਤੁਸੀਂ ਦੇਖ ਰਹੇ ਹੋ। ਅਤੇ ਇਹ ਹੈ ਜੀ ਬਾਜੂ ਦਾ ਵਰਕ, ਬਾਜੂ 'ਤੇ ਵੀ ਕਾਫੀ ਵਰਕ ਹੋਇਆ, ਬਹੁਤ ਸੋਹਣਾ ਵਰਕ ਹੋਇਆ। ਅਤੇ ਪ੍ਰਾਈਸ ਰਹੂਗੀ 1450 ਰੁਪਏ, 1450 ਰੁਪਏ ਦੇ ਵਿੱਚ ਇਹ ਫਾਈਨ ਜੀ ਕੈਮਰੀ ਕੋਟਨ ਦਾ ਬਹੁਤ ਸੋਹਣਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ, ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ। ਲਓ ਜੀ ਅਗਲਾ ਸੂਟ, ਇਹ ਵੀ ਕੈਮਰੀ ਕੋਟਨ ਦਾ, ਗਰਮੀਆਂ 'ਚ ਪਾਉਣ ਵਾਲਾ ਬਹੁਤ ਖੂਬਸੂਰਤ ਸੂਟ ਹੈ, ਅਤੇ ਕਿਸੇ ਵੀ ਸੂਟ ਨੂੰ ਲਾਈਨਿੰਗ ਨਹੀਂ ਲੱਗੂਗੀ, ਵਿਦਆਊਟ ਲਾਈਨਿੰਗ ਬਣਨ ਵਾਲੇ ਸੂਟ ਹੈ। ਹਲਕੇ ਜਿਹੇ ਗ੍ਰੀਨ ਜਿਹੇ ਕਲਰ ਦਾ ਸੂਟ ਹੈ, ਬਹੁਤ ਹਲਕਾ ਜਿਹਾ ਕਲਰ ਹੈ। ਲਓ ਜੀ ਘੇਰਾ, ਵੈਸੇ ਜਿਹੜਾ ਨੀਚੇ ਕੱਟ ਵਰਕ ਜਿਹਾ ਹੋਇਆ ਸਕਰੋਲ ਜੀ, ਉਹ ਤਾਂ 26 ਤੱਕ ਹੋਇਆ, ਪਰ ਜਿਹੜਾ ਇਹ ਵਾਲੀ ਉੱਪਰ ਵੇਲ ਪਈ ਹੋਈ ਹੈ ਵਰਕ ਦੀ, ਇਹ 25 ਤੱਕ ਹੋਇਆ ਹੋਇਆ, ਠੀਕ ਹੈ ਜੀ। ਬਹੁਤ ਸੋਹਣਾ ਸਫਾਈ ਨਾਲ ਬਹੁਤ ਸੋਹਣਾ ਵਰਕ ਹੋਇਆ। ਅਤੇ ਇਹਦੀ ਹੈਗੀ ਹੈ ਜੀ ਇਹ ਬਾਜੂ ਦਾ ਵਰਕ, ਜਿਸ ਤਰ੍ਹਾਂ ਦਾ ਘੇਰੇ 'ਤੇ ਵਰਕ ਹੈ ਉਹੀ ਬਾਜੂ 'ਤੇ ਵਰਕ ਹੈ, ਬਹੁਤ ਪਿਆਰਾ ਵਰਕ ਹੈ। ਅਤੇ ਪ੍ਰਾਈਸ ਰਹੂਗੀ 1450 ਰੁਪਏ, 1450 ਰੁਪਏ ਦੇ ਵਿੱਚ ਇਹ ਬਹੁਤ ਸੋਹਣਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ, ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ। ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆਊਗੀ, ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਆਪਾਂ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।